हां जी अस्सलाम वालेकुम लो जी या शुरू करेंगे जी चैप्टर नंबर 13 ਤੇ ਹੈਗਾ ਵੇ ਚੀਕੂ ਚੀ ਮਰਚੀ ਸਰ ਕੋਲੇ ਚੀਕੂ ਚੀ ਮਰਚੀ ਦੇ ਕੁਐਸਚਨ ਪੜਾਂਗੇ ਚੈਪਟਰ ਨੰਬਰ 13 ਦੇ ਕੌਨਤੋ ਪ੍ਰੋਪੀਤਾਸੀ ਪੜਨੇ ਆ ਕੌਨਤੋ ਪ੍ਰੋਪੀਓ ਕੌਨ ਟ੍ਰਾਂਸਪੋਰਟ ਕਰ ਸਕਦਾ ਜੀ ਸਭ ਤੋਂ ਪਹਿਲੇ ਜੀ ਅਲਦੀ ਪੈਂਦੈਂਤੇ ਕਹਿੰਦੇ ਕਿ ਅਲਗਵੀ ਦਾ ਗੁਇਡਾਟਲ ਵਿਕੋਲੋ ਕੌਨ ਸੰਸੈਂਤੀਟੋ ਟ੍ਰਾਂਸਪੋਰਟੋ ਕੌਨਤੋ ਪ੍ਰੋਪੀਓ ਡਰਾਈਵਰਸ ਤੇ ਤੁਸੀਂ ਗੱਡੀ ਜਿਹੜੀ ਕੌਨਤੋ ਪ੍ਰੋਪੀ ਦੇ ਗਾਰਡਿੰਗ ਕਿਹੜੇ-ਕਿਹੜੇ ਇੱਕ ਨੰਬਰ ਤੇ ਹੁੰਦਾ ਹੈ ਤੇ ਪੈਂਦੈਂਤੇ ਅਲਦੀ ਪੈਂਦੈਂਤੇ ਜਿਹੜਾ ਵਰਕਰ ਹੋਵੇ ਉਸ ਫਰਮ ਦਾ ਠੀਕ ਹੈ ਜੀ ਜਾਂ ਫਿਰ ਦੂਜੇ ਨੰਬਰ ਤੇ ਅਸੋਸੀਓ ਯਾਨੀ ਕਿ ਸੋਸਾਇਟੀ ਹੋਵੇ ਯਾਨੀ ਕਿ ਪਾਰਟਨਰਸ਼ਿਪ ਵਗੈਰਾ ਹੋਵੇ ਇਹ ਤਿਤਲਾਰ ਔਰ ਮਾਲਕ ਪਰਾ ਔਰ ਇਹ ਤੋਂ ਇਲਾਵਾ ਜਿਹੜੀ ਕੋਨ ਤੋਂ ਪ੍ਰੋਪੀਓ ਜਿਹੜਾ ਹੁੰਦਾ ਨਾ ਇਹਦੇ ਅਕੋਰਡਿੰਗ ਜਿਹੜੀ ਟਰਾਂਸਪੋਰਟ ਕਰੀਦੀ ਹੈ ਇਹ ਟਰਾਂਸਪੋਰਟ ਕਰਨ ਦੇ ਪੈਸੇ ਪੇਮੈਂਟ ਜ਼ੀਰੋ ਹੁੰਦੀ ਹੈ ਥਿਉਰੀਕਲੀ ਇਹ ਪੇਮੈਂਟ ਜਿਹੜੀ ਕੱਖ ਨਹੀਂ ਹੁੰਦੀ ਕਿਉਂਕਿ ਜੇ ਤੁਸੀਂ ਪੇਮੈਂਟ ਕਰਨੀ ਹੈ ਤੇ ਫਿਰ ਉਹ ਹੋਵੇਗਾ ਉਹ ਤਾਂ ਫਤੂਰਾ ਵਗੈਰਾ ਬਣਦਾ ਉਹ ਕੋਨ ਤੋਂ ਤੈਰਜੀ ਹੁੰਦੀ ਹੈ ਕੋਨ ਤੋਂ ਪ੍ਰੋਪੀਓ ਦੇ ਟਰਾਂਸਪੋਰਟ ਦੇ ਪੈਸੇ ਨਹੀਂ ਹੁੰਦੇ ਜਿਵੇਂ ਕਿ ਮੰਨ ਲਓ ਇੱਕ ਗੱਡੀ ਇੱਕ ਹੈ ਗਈ ਹੈ ਕੰਪਨੀ ਜਿਹੜੀ ਕਿ ਮੂਬਲੀ ਵਗੈਰਾ ਘਰਾਂ ਦੀ ਬਣਾਉਂਦੀ ਹੈ ਸਮਾਨ ਵਗੈਰਾ ਘਰਾਂ ਦਾ ਉਹ ਪੈਸੇ ਲਾਉਣਗੇ ਸਮਾਨ ਦੇ ਜਾਂ ਫਿਰ ਉਹ ਪੈਸੇ ਲੈ ਸਕਦੇ ਨੇ ਉਹਦੀ ਮੇਂਟੇਨੈਂਸ ਦੇ ਸੈਟਿੰਗ ਕਰਨ ਦੇ ਕਾਰਜਾ ਤੇ ਜਿਸ ਟਾਈਮ ਉਹ ਜੋੜ ਜਿਹਾੜਦੇ ਨੇ ਉਹਦੇ ਪੈਸੇ ਲੈ ਸਕਦੇ ਨੇ ਲੇਕਿਨ ਟਰਾਂਸਪੋਰਟ ਕਰਨ ਦੇ ਪੈਸੇ ਜੈਨੂਅਲੀ ਨਹੀਂ ਲੈ ਸਕਦੇ ਥਿਉਰਿਕਲੀ ਕਨੇਕ ਕੋਨ ਨੂੰ ਵੀ ਕੋਲੀ ਮਨੂ ਦੀ ਜੈ ਲਿਸੈਂਸ ਜਿਹੜੀ ਗੱਡੀ ਨੂੰ ਲਿਸੈਂਸ ਹੁੰਦਾ ਕੋਨ ਤੋਂ ਪ੍ਰੋਪੀ ਦਾ ਪਸੋਨੈਸਰੇ ਟ੍ਰਾਂਸਪੋਰਟਾਤੇ ਕਹਿੰਦੇ ਟ੍ਰਾਂਸਪੋਰਟ ਕਰਸਨੀਆ ਸੁਲਤਾਨ ਤੋ ਕੋਜ਼ੇ ਸਿਰਫ ਚੀਜ਼ਾਂ ਅਤੈਂਤੀ ਮੁਤਲਕਾ ਅਤਿਵਿ ਤਦਦ ਦਲ ਟਿਟੋਲਾਰੇ ਜਿਹੜੀ ਐਕਟੀਵਿਟੀਜ਼ ਜਿਹੜੀਆਂ ਨਾ ਟਿਟੋਲਾਰੇ ਮਾਲਕ ਦੀਆਂ ਉਹਦੇ ਮੁਤਲਕਾ ਚੀਜ਼ਾਂ ਯਾਨੀ ਕਿ ਜਿਹੜਾ ਮਾਲਕ ਹੈ ਹੁਣ ਜਿਹੜਾ ਮਾਲਕ ਜਿਹੜਾ ਇੰਪਰੀਜ਼ ਆ ਜਿਹੜੀ ਕੰਮ ਕਰ ਰਹੀ ਹੈ ਜਿਹੜੀ ਚੀਜ਼ਾਂ ਬਣਾਉਂਦੇ ਨੇ ਉਹ ਪ੍ਰੋਡਕਟਸ ਹੀ ਟ੍ਰਾਂਸਪੋਰਟ ਕਰਦੇ ਕੀ ਤਜਾਸ ਨੇ ਦੂਸਿਆਂ ਤੇ ਵੀ ਰਹਾ ਅਗਾਨੇ ਵੀ ਕੋਨੋ ਬਿਕੋਲੀ ਮੀਨੋਤੀ ਦਲ ਲਿਚੈਂਜ਼ਾ ਇੱਕ ਗੱਡੀ ਨੂੰ ਲਿਚੈਂਜ਼ਾ ਹੈ ਇਨ ਕਵੰਟਮ ਪ੍ਰੋਪੀ ਕੋਨਟੋ ਪ੍ਰੋਪੀ ਅਕੋਰਡਿੰਗ ਪੋਸੋਨਾ ਐਸਰੇ ਟ੍ਰਾਂਸਪੋਰਟਾਤੇ ਕੋਜ਼ੇ ਕਨੇ ਟ੍ਰਾਂਸਪੋਰਟ ਕੀਤੀ ਜਾ ਸਕਣ ਚੀਜ਼ਾਂ ਕੋਨੈਸਾ ਐਲੈ ਚੀਕਲੋ ਪ੍ਰੋਡੋਟੋ ਦੈ ਲਾ ਇੰਪ੍ਰੇਸਾ ਚੀਕਲੋ ਪ੍ਰੋਡੋਟੋ ਦਾ ਜੈ ਇੰਪ੍ਰੇਸਾ ਜਿਹੜੀ ਇੰਪ੍ਰੇਸਾ ਹੈ ਕੰਪਨੀ ਦੀ ਜਿਹੜੀ ਜੀ ਨਾਂ ਉਹਨਾਂ ਨੂੰ ਜਾਜ ਹੈਗੀ ਟ੍ਰਾਂਸਪੋਰਟ ਕਰਨ ਦੀ ਕਵੰਟਮ ਪ੍ਰੋਪੀ ਅਕੋਰਡਿੰਗ ਸਹੀ ਗੱਲ ਹੈ ਉਹ ਚੀਜ਼ਾਂ ਟ੍ਰਾਂਸਪੋਰਟ ਹੋਣਗੀਆਂ ਜਿਹੜੀਆਂ ਜਿਹੜੀਆਂ ਪ੍ਰੋਡਕਸ਼ਨ ਜਿਹੜੀ ਪ੍ਰੋਡਿਊਸ ਕੀਤੀ ਜਾਂਦੀ ਹੈ ਅਗਨੇ ਕੌਨ ਇਨ ਵਿਕੋਲੀ ਮਨੂਤੀ ਇੱਕ ਗੱਡੀ ਨੂੰ ਜਿਹਨੂੰ ਮਨੂਤੀ ਦੇਲਾ ਲੀਚੈਂਜ਼ਾ ਇਨ ਕੋਂਟੋ ਪ੍ਰੋਪੀਏ ਜਿਸ ਗੱਡੀ ਨੂੰ ਲੱਗੇ ਹੈ ਲੀਚੈਂਜ਼ਾ ਕੋਂਟੋ ਪ੍ਰੋਪੀਦਾ ਪੋਸੋਨਾ ਐਸੇਰੇ ਐਫਿਟੂਆਤੀ ਟ੍ਰਾਂਸਪੋਰਟਾਤੀ ਕਨੇਨ ਟ੍ਰਾਂਸਪੋਰਟ ਕੀਤਾ ਜਾ ਸਕਦਾ ਹੈ ਫਿਰ ਕਿਹ ala gwida vi sia onoti ttolare ਕਿਉਂਕਿ ਡਰਾਈਵ ਕਰਦਾ ਇੱਕ ਮਾਲਕ ਹੈ ਉਹਦਾ ਉਹਨੋਂ ਆ ਉਹਦਾ ਉਹਨੋਂ ਸੂਏ ਦੇਪੈਂਡੈਂਤੇ ਯਾ ਫਿਰ ਉਹਦਾ ਦੇਪੈਂਡੈਂਤੇ ਹੈ ਕਿਹੜੀ ਕਿਹੜੀ ਜਮੇ ਦੱਸਿਆ ਸੀ ਕੌਨ ਕੌਨ ਡਰਾਈਵ ਕਰ ਸਕਦਾ ਹੈ ਦੇਪੈਂਡੈਂਤੇ ਇੱਕ ਨੰਬਰ ਦੂਜੇ ਨੰਬਰ ਤੇ ਸੋਸ਼ੀਓ অর ਯਾਂ ਫਿਰ ਟਿੱਟੂਲਾਰੇ ਜੈਰੀ ਕਹ ਲੈ ਕਰੇ ਨੀ ਕਿ ਟਿੱਟੂਲਾਰ ਡਰਾਈਵ ਕਰ ਸਕਦਾ ਯਾਂ ਫਿਰ ਗਵੀਦਾ ਕਰੇਗਾ ਯਾਂ ਫਿਰ ਡਿਪੈਂਡੈਂਟ ਹੈ ਦਰ ਉਸਕੇ ਨੰਬਰ ਹੋਇਆ ਵੀ ਅਗੇ ਕਹਿੰਦੇ ਬੇ ਕੋਨ ਵੀ ਕੋਲੀ ਮਿਨੂਤੀ ਦਾ ਲਿਚਾਂ ਜਾ ਕੰਤੋ ਪ੍ਰੋਪੀਏ ਜਿਸਕਾ ਟਿਨ ਲੱਗਾ ਹੋਵੇ ਲਿਚਾਂ ਦਾ ਕੰਤੋ ਪ੍ਰੋਪੀਏ ਅਕੋਰਡਿੰਗ ਯਾਨੀ ਕਿ ਜਿਹਦਾ ਲਿਚਾਂ ਦਾ ਕੰਤੋ ਪ੍ਰੋਪੀਏ ਦੇ ਪਾਸੋ ਨਾ ਐਸਰੇ ਟ੍ਰਾਂਸਪੋਰਟਾਤੇ ਕਨ ਟ੍ਰਾਂਸਪੋਰਟ ਕੀਤੇ ਜਾ ਸਕਦੇ ਨੇ ਕੋਸ ਦੇ ਪ੍ਰੋਡੂਟੇ ਡੇਲਾ ਸਤੇਸਾ ਕਨ ਐਸੇ ਦੀ ਜੜੀ ਚੀਜ਼ਾਂ ਨੇ ਐਸੇ ਦੇ ਜੇ ਪ੍ਰੋਡਕਟਸ ਨੇ ਉਹ ਟ੍ਰਾਂਸਪੋਰਟ ਕੀਤੇ ਜਾ ਸਕਦੇ ਨੇ ਦਰੁਸ ਕਿਨ ਬੇਵੈਰ ਹੋਇਆ ਕਿਉਂਕਿ ਸਪੈਸ਼ਲੀ ਇਹ ਜੜੀ ਚੀਜ਼ਾਂ ਉਸ ਕੰਪਨੀ ਵਿੱਚ ਬਣਦੀਆਂ ਨੇ ਉਹਦੇ ਅਕੋਰਡਿੰਗ ਹੀ ਲਿਜੈਂਜ਼ਾ ਬਣਿਆ ਹੋਣਾ ਤੁਹਾਡਾ ਕੌਂਤੋ ਪ੍ਰੋਪੀਓ ਦਾ ਤੇ ਕਿ ਕਿ ਇਨ ਲਿਮਿਟੇਸ਼ਨ ਨਹੀਂ ਹੁੰਦੀ ਹੈ ਵੀ ਸਿਰਫ ਐਗਰੀਕਲਚਰ ਦੀਆਂ ਜਾਂ ਹਾਰਟੀਜੀਾਨ ਹੀ ਦੀਆਂ ਤੁਸੀਂ ਉਹਨਾਂ ਦੇ ਲਈ ਸਿਰਫ ਬਣਿਆ ਹੁੰਦਾ ਹੈ ਲਿਚੈਂਜ਼ਾ ਕੋਨਥੋ ਪ੍ਰੋਪੀਓ ਜੇਰਵੀ ਪ੍ਰੋਡਕਸ਼ਨ ਆ ਤੁਹਾਡੀ ਤੁਸੀਂ ਮੂਬਲੀ ਬਣਾਉਂਦੇ ਹੋ ਤੁਸੀਂ ਪਾਸਤਾ ਪ੍ਰੋਡਿਊਸ ਕਰਦੇ ਹੋ ਤੁਸੀਂ ਕੁਝ ਵੀ ਪ੍ਰੋਡਿਊਸ ਕਰਦੇ ਹੋ ਆਪਣੀ ਜੀ ਪ੍ਰੋਡਕਸ਼ਨ ਤੁਹਾਡੀ ਤੁਸੀਂ ਉਹਨੂੰ ਉਹਦੇ ਲਈ ਤੁਸੀਂ ਕੋਨਥੋ ਪ੍ਰੋਪੀ ਦਾ ਲਿਚੈਂਜ਼ਾ ਰੱਖ ਸਕਦੇ ਹੋ ਠੀਕ ਹੈ ਜੀ ਪ੍ਰੋਡੂਟੋ ਦਲਾ ਸਤੇਸੋ ਕਹੇ ਕਹਿੰਦੇ ਬੀ ਚੇ ਨੰਬਰ ਕਹਨੇ ਕੋਨ ਐਵੀ ਕੋਲੀ ਮੀਨੂਤੀ ਦਲਾ ਲਿਚੈਂਜ਼ਾ ਜਿਸ ਗੱਡੀ ਨੂੰ ਲਿਚੰਜ਼ਾ ਹੈਗਾ ਕੋਨ ਤੋਂ ਪ੍ਰੋਪੀ ਦਾ ਪੋਸਟੋਨ ਆਇਸਰ ਟਰਾਂਸਪੋਰਟਾ ਤੇ ਕਹਿੰਦੇ ਟਰਾਂਸਪੋਰਟ ਕਰ ਸਕਦੀਆਂ ਨੇ ਐਕਸਕਲੂਸਿਵਾ ਮੈਂ ਤੇ ਐਕਸਕਲੂਸਿਵਾ ਮੈਂ ਤੇ ਜਿਸ ਵੀ ਆ ਜਾਂਦਾ ਕੁਐਸਚਨ ਮੋਸਟਲੀ ਫਾਲਸ ਹੁੰਦੇ ਨੇ ਕੋਈ ਇੱਕ ਅੱਧਾ ਹੋਵੇ ਵੇਰੋ ਤੇ ਵੇਰੋ ਅਦਰਵਾਈਜ਼ ਸਾਰੇ ਕੁਐਸਚਨ ਜਿਹੜੇ ਨੇ ਐਕਸਕਲੂਸਿਵਾ ਮੈਂ ਤੇ ਵਾਲੇ ਫਾਲਸ ਹੁੰਦੇ ਨੇ ਕਹਿੰਦੇ ਐਕਸਕਲੂਸਿਵਲੀ ਖਸੂਸੀ ਤੌਰ ਤੇ ਕਹਿੰਨ ਪੇ ਸਿਰਫ ਯਾਨੀ ਕਿ ਹਾਸ ਕੋਜ਼ੇ ਇੰਪ੍ਰੇਸਾ ਇੰਟੈਸਟਾਰੀਓ ਦੇ ਲਿਚੈਂਜ਼ਾ ਕਨਾਂਨੀ ਸਿਰਫ ਐਕਸਕਲੂਸਿਵਲੀ ਚੀਜ਼ਾਂ ਜਿਹੜੀ ਇੰਟੈਸਟਾਰੀ ਦਾ ਲਿਜੈਂਸ ਐ ਆਨਕੇ ਦੈਸਟੀਨਾਟੋ ਐਡ 1/3 ਪ੍ਰੋਪ੍ਰੀਏਟਾ ਡੇਲਾ ਕੰਦੂਚੀਆਂਤੇ ਭਾਵੇਂ ਦੈਸਟੀਨਾਟੋ 1/3 ਪ੍ਰੋਪ੍ਰੀਏਟਾ ਡੇਲ ਕੰਦੂਚੀਆਂਤੇ ਦੇਖੋ ਐਕਸਕਲੂਸਿਵਲੀ ਇੰਟੈਸਟਾਰੀ ਯੂਨੀਓ ਹੋ ਸਕਦਾ ਇਨਕੇ ਟ੍ਰਾਂਸਪੋਰਟ ਕਰ ਸਕਦਾ ਇਹਦੇ ਵਿੱਚ ਅਸੀਂ ਜਿਹੜੀ ਚੀਜ਼ਾਂ ਚੀਜ਼ਾਂ ਪੜੀਆਂ ਹੋਈਆਂ ਨੇ ਐਲ ਡਿਪੈਂਡੈਂਤੇ ਸੋਚੋ ਔਰ ਟਿਟੋਲਾਰੇ ਇਸ ਕਰਕੇ ਇਹ ਕਵੈਸਚਨ ਜਿਹੜੇ ਗਲਤ ਕਿਰਮਾਨ ਕੇ ਕਹਨੇ ਦਸਤੀਨਾਤ ਹੋਦੇ 1/3 ਪ੍ਰੋਪਰਟਾਈ ਆ ਦੇ ਕੰਡੂਕਟਿੰਦੇ 3rd 3rd ਟ੍ਰਾਂਸਪੋਰਟ 3rd ਪ੍ਰੋਪਰਿਟੀ ਆ ਪ੍ਰੋਪਰੀਅਟਾ ਯਾਨਕਿ ਤੀਸਰੀ ਮਲਕੀਅਤ ਹੋਣੀ ਚਾਹੀਦੀ ਹੈ ਡਰਾਈਵਰ ਦੀ ਦੇਖੋ ਜੀ ਇਹਦੇ ਵਿੱਚ ਮਲਕੀਅਤ ਜਦ ਡਿਪੈਂਡੈਂਡ ਹੈ ਤਾਂ ਫਿਰ ਉਹ ਟ੍ਰਾਂਸਪੋਰਟ ਕਰ ਸਕਦਾ ਹੈ ਫਿਰ ਉਹਨੂੰ ਇਹ ਕਿ ਮਲਕੀਅਤ ਤੀਸਰੇ ਹਿਸਾ ਹੋਣਾ ਲਾਜ਼ਮੀ ਨਹੀਂ ਹੈ ਇਸ ਕਰਕੇ ਇਹ ਵੀ ਇਹ ਹੈਗਾ ਫਾਲਸੋ हां जी ਤੇ ਲੋ ਜੀ ਸ਼ੁਰੂ ਕਰਦੇ ਆ ਜਿਹੜਾ ਕੋਨਟੋ ਪ੍ਰੋਪੀਓ ਕੋਨਟੋ ਪ੍ਰੋਪੀਓ ਬੇਸਿਕਲੀ ਕੀ ਹੈ ਉਹ ਤੁਹਾਨੂੰ ਪਤਾ ਹੈ ਕਿ ਜੇ ਤੁਸੀਂ ਆਪਣੀ ਪ੍ਰੋਡਕਸ਼ਨ ਹੈ ਆਪਣੀ ਇੰਪ੍ਰੈਸ ਹੈ ਜਿਹੜੇ ਪ੍ਰੋਡਿਊਸ ਕਰਦੀ ਸਮਾਨ ਉਹ ਤੁਸੀਂ ਟਰਾਂਸਪੋਰਟ ਕਰਦੇ ਹੋ ਟਰਾਂਸਪੋਰਟ ਕਰਨ ਦੇ ਪੈਸੇ ਇਕ ਵੀ ਨਹੀਂ ਲੈਂਦੇ ਤੁਸੀਂ ਠੀਕ ਹੈ ਜੀ ਟਰਾਂਸਪੋਰਟ ਕਰਨ ਦੇ ਪੈਸੇ ਨਹੀਂ ਲੈ ਸਕਦੇ ਲੇਕਿਨ ਆਪਣੀ ਪ੍ਰੋਡਕਟ ਸੇ ਪੈਸੇ ਕੰਪਨੀ ਲੈਂਦੀ ਹੈ ਔਰ ਉਹਨੂੰ ਕਾਰਜ ਘਰ ਜਾ ਕੇ ਦੇ ਦਿੰਦੀ ਹੈ ਕਿ ਉਹਨਾਂ ਦੀ ਪ੍ਰੋਡਕਸ਼ਨ ਜਿਹੜੀ ਹੋ ਜਾਂਦਾ ਹੈ ਕਿ ਫੋਰ ਇਗਜ਼ਾਮਪਲ ਕਿਸੇ ਕੋਈ ਕੋਈ ਕੰਪਨੀ ਪ੍ਰੋਡਿਊਸ ਕਰਦੀ ਹੈ ਪਾਸਤਾ ਉਹ ਕੋ ਪਾਸਤਾ ਆਪਣਾ ਬਣਾਏਗੀ ਲੇਕਿਨ ਅਗਰੇ ਪਿਛੇ ਬਾਹਰ ਜਗ੍ਹਾ ਵੇਚੇਗੀ ਕਿ ਉਹਨਾਂ ਦੀ ਪ੍ਰੋਡਕਟ ਬਰਰਪਸ ਜਿਹੜੀਆਂ ਨੇ ਉਹਨਾਂ ਦੀ ਚੀਜ਼ਾਂ ਜਿਹੜੀਆਂ ਨੇ ਉਹ ਵੇਚਣ ਤੇ ਇਸੇ ਤਰ੍ਹਾਂ ਮੋਬਿਲੀ ਹੈ ਮੋਬਿਲੀ ਕੋ ਬਣਾਉਂਦੇ ਨੇ ਮੋਬਿਲੀ ਕਾਰ ਜਦ ਉਹ ਸਹੂਲਤ ਦਿੰਦੇ ਨੇ ਕਿ ਕਾਰ ਲੈ ਕੇ ਜਾਣ ਦੀ ਯਾਨੀ ਕਿ ਕਾਰ ਤੋਂ ਉਹਨੂੰ ਛੱਡ ਕੇ ਜਾਣਗੇ ਕੋਨ ਤੋਂ ਪ੍ਰੋਪਰ ਅਕੋਰਡਿੰਗ ਉਹਦਾ ਕਿਰਾਇਆ ਨਹੀਂ ਲੈਣਗੇ ਛੱਡ ਕੇ ਆਉਣ ਦਾ ਲੇਕਿਨ ਉਹ ਇਹ ਕਰ ਸਕਦੇ ਨੇ ਕਿ ਜਦ ਤੁਸੀਂ ਉਹਨੂੰ ਛੱਡ ਕੇ ਜਾਂਦੇ ਨੇ ਤੇ ਕੋਨ ਤੋਂ ਪ੍ਰੋਪੀ ਉਹਦੇ ਅਕੋਰਡਿੰਗ ਉਹ ਪੈਸੇ ਨਹੀਂ ਲੈ ਸਕਦੇ ਟ੍ਰਾਂਸਫਰ ਕਰਨ ਦੇ ਲੇਕਿਨ ਜਦ ਉਹ ਤੁਹਾਨੂੰ ਸੈਟਿੰਗ ਵਗੈਰਾ ਕਰਨਗੇ ਸਮਾਨ ਦੀ ਤੇ ਉਹ ਸੈਟਿੰਗ ਦੇ ਪੈਸੇ ਮੰਗ ਲੈਣਾ ਤਾਂ ਵੱਖਰੀ ਗੱਲ ਹੈ ਲੇਕਿਨ ਟ੍ਰਾਂਸਫਰ ਟ੍ਰਾਂਸਫਰ ਕਰਨ ਦੇ ਟ੍ਰਾਂਸਪੋਰਟ ਕਰਨ ਦੇ ਪੈਸੇ ਕੋਨ ਤੋਂ ਪ੍ਰੋਪੀ ਦੇ ਅਕੋਰਡਿੰਗ ਨਹੀਂ ਹੁੰਦੇ ਕਿਉਂਕਿ ਜੇ ਟ੍ਰਾਂਸਪੋਰਟ ਕਰਨ ਦੇ ਪੈਸੇ ਲਵੋਗੇ ਤੇ ਫਿਰ ਇਹ ਬਿਜ਼ਨਸ ਹੋ ਜਾਏਗਾ ਇਹ ਫਿਰ ਕੋਨ ਤੋਂ ਤਰਜ਼ੀ ਹੋਣਾ ਚਾਹੀਦਾ ਕੋਨ ਤੋਂ ਪ੍ਰੋਪੀ ਜਿਹੜਾ ਇਹ ਰਲਾਸ਼ਾ ਤੋਂ ਹੁੰਦਾ ਦਲ ਪ੍ਰੋਵਿੰਚਾ ਕੌਨ ਤੋਂ ਜਿਹੜਾ ਤਰਜ਼ੀ ਹੈ ਇਹ ਰਿਲਾਸ਼ਿਆ ਤੋਂ ਹੈ ਆਲਗ ਨੈਸ਼ਨਲ ਅਟੋਟ੍ਰਾਂਸਪੋਰਟ ਇਟੂ ਤੇ ਕੌਨ ਤੋਂ ਪ੍ਰੋਪਰਟੀ ਦੇ ਕੁਐਸਚਨ ਵੀ ਬਹੁਤ ਜ਼ਿਆਦਾ ਔਰ ਡਿਟੇਲ ਨਾਲ ਸਾਨੂੰ ਸਮਝਾਇਆਗਾ ਕਿ ਸਾਨੂੰ ਸਮਝ ਲੱਗ ਸਕੇ ਇਤਨੇ ਦੀ ਲੋੜ ਨਹੀਂ ਸੀ ਕਿਉਂਕਿ ਅਸੀਂ ਚੀਕੂਚੀ ਕਰਦੇ ਹਾਂ ਵੀ ਕੌਨ ਤੋਂ ਤਰਜ਼ੀ ਦੇ ਲਈ ਕਿਉਂਕਿ ਜੇ ਜਿਹਨਾਂ ਬੰਦਿਆਂ ਕੋਲ ਸੀ ਹੈਗਾ ਉਹ ਇਹ ਜਿਹੜਾ ਅਸੀਂ ਪੜ੍ਹ ਰਹੇ ਹਾਂ ਸਿਲੇਬਸ ਇਸ ਇਸ ਇਹਦੇ ਪੜੇ ਬਗੈਰ ਵੀ ਉਹ ਅਥੋਰਾਈਜ਼ ਨੇ ਕੌਨ ਤੋਂ ਪ੍ਰੋਪਰਟੀ ਦੇ ਕੱਟੀਆਂ ਚਲਾਉਣ ਇਹਨੇ ਕਿਸੀ ਦੇ ਨਾਲ ਤੁਸੀਂ ਟਰੱਕ ਚਲਾ ਸਕਦੇ ਹੋ ਲਾਇਸੈਂਸ ਕੌਨ ਤੋਂ ਪ੍ਰੋਪੀ ਦੇ ਨਾਲ ਲੇਕਿਨ ਅਸੀਂ ਪੜ੍ਹ ਰਹੇ ਹਾਂ ਕੌਨ ਤੋਂ ਤਰਜ਼ੀ ਦੇ ਲਈ ਤੇ ਨਾਲ ਸਾਨੂੰ ਇਹਦੇ ਤੇ ਵੀ ਫੋਕਸ ਦਵਾਇਆ ਹੋਇਆ ਹੈ ਨਾ ਬੋਝ ਦਾ ਚਲੋ ਵਧੀਆ ਕੁਝ ਨੌਲੇਜ ਵਿੱਚ ਅਜ਼ਾਫਾ ਹੋਵੇਗਾ ਬੰਦਿਆਂ ਦੇ ਨਾ ਤੇ ਕਹਿੰਦੇ ਟ੍ਰਾਂਸਪੋਰਟੋ ਦੀ ਨਕੋਜ਼ਾ ਕਿ ਟ੍ਰਾਂਸਪੋਰਟੋ ਕੌਜ਼ੇ ਦੀ ਕੌਨ ਤੋਂ ਪ੍ਰੋਪੀ ਜੇ ਟ੍ਰਾਂਸਪੋਰਟੋ ਦੇ ਚੀਜ਼ਾਂ ਕੌਨ ਤੋਂ ਪ੍ਰੋਪੀ ਅਕੋਰਡਿੰਗ ਕੋਲੇ ਸਿਗਵਿਟੋ ਪਰ ਮਾਰਚੀ ਪ੍ਰੋਡੋਟੀ ਜੇ ज समान प्रोडक्ट ने कंपनी ट्रांसफोरम है तो ट्रांसफोर कर हैं अपने कॉम्स कंपनी के समान दिल्ली स्वयंपया ए इंप्रेस है उस कंपनी के क्या टू आल पर एल ट्रांसपोर्ट जो ट्रांसपोर्ट भी करते हैं यानी कि अपनी प्रोडक्शन है उन्हों की अपनी प्रोड्यूस भी करते ने और ट्रांसपोर्ट भी करते यानी कि दे के भी आते हैं द्रुस्त होल ट्रांसपोर्ट दिक्कत कोज है इंकोन तो भरोपी ट्रांसपोर्ट करना चीज इको तो भरपीत हैं ਇਸ ਗੀਦੇ ਐਕਸਕਲੂਸਿਵAMENTE ਕਨ ਵਿਕੋਲੀ ਮੈਟ੍ਰਿਕੁਲਾਦੀ ਕਨੇ ਜਿਹੜੀ ਗੜੀਆਂ ਮੈਟ੍ਰਿਕੁਲਾਦੀ ਮਨਜ਼ੂਰਸ਼ਤਾ ਨੇ ਆ ਨੋਮੇ ਦੀ ਇਮਪਰੀਜ਼ਾ ਕਨੇ ਐਕਸਕਲੂਸਿਵਲੀ ਉਹਨਾਂ ਕੰਪਨੀ ਨੇ ਜਿਹਦੇ ਮੈਟ੍ਰਿਕੁਲਾਤੀ ਨੇ ਉਹਨਾਂ ਗੜੀਆਂ ਲਈ ਜਿਹੜੀ ਮੈਟ੍ਰਿਕੁਲਾਤੋ ਨੇ ਨੋਮੇ ਦੀ ਇਮਪਰੀਜ਼ਾ ਕੰਪਨੀ ਦਾ ਨਾਮ ਹੈ ਠੀਕ ਹੈ ਇਹ ਆਰਟੀਜਾਨੀ ਔਰ ਅਗਰੀਕਲਚਰ ਕਨੇ ਐਕਸਕਲੂਸਿਵਲੀ ਜਿਹੜੇ ਆਰਟੀਜਾਨੀ ਔਰ ਅਗਰੀਕਲਚਰ ਦੇ ਜੋ ਹੈ ਨਾ ਉਹਨਾਂ ਦੇ ਲਈ ਗੱਲ ਕਿ ਨਿਫਾਸ ਹੈ ਕਿ ਸਿਰਫ ਲਈ ਐਕਸਕਲੂਸਿਵਲੀ ਨਹੀਂ ਜਿਹੜੇ ਵੀ ਪ੍ਰੋਡਕਸ਼ਨ ਹੋਵੇਗੀ ਤੁਹਾਡੀ ਕੰਪਨੀ ਦੀ ਕੁਝ ਵੀ ਪ੍ਰੋਡੂਸ ਕੋ ਪਾਵੇਂ ਕੋ ਪਾਸਾ ਪ੍ਰੋਡਿਊਸ ਕਰਾ ਪਾਵੇਂ ਕੋਈ ਕੋਈ ਵੀ ਚੀਜ਼ ਪ੍ਰੋਡਿਊਸ ਕਰ ਰਿਹਾ ਆਪਣੀ ਚੀਜ਼ ਕੋਨਤ ਪ੍ਰੋਪੀ ਅਕੋਰਡਿੰਗ ਲੈ ਕੇ ਜਾ ਸਕਦਾ ਹੈ ਇਹ ਸਿਰਫ ਐਕਸਕਲੂਸਿਵਲੀ ਆਰਟੀਜਾਨੀਅਨ ਯੂਰ ਐਗਰੀਕਲਚਰਲ ਲਈ ਨਹੀਂ ਹੈ ਇਸ ਕਰਕੇ ਫਾਲਸ ਹੋਇਆ ਆ ਗੈਨ ਮੇਕ ਅ ਕੁਇੰਕਵੇ ਕੁਈ ਦੀ ਉਨਾ ਅਟੋਕਾਰੋ ਜੇਦੂਸ ਡਰਾਈਵ ਕਰਦੇ ਹੋਏ ਇੱਕ ਟਰੱਕ ਐਮਤ੍ਰਿਕੁਲਾ ਤੋਂ ਇਨ ਉਜ਼ੋ ਪ੍ਰੋਪੀਓ ਜਿਹੜਾ ਕਿ ਮਨਜ਼ੂਰਸ਼ਿਦਾ ਹੈ ਉਜ਼ੋ ਪ੍ਰੋਪੀਓ ਦੇ ਲਈ ਦੇਵੇ ਹੋਏ ਨਿਕ ਕੌਂਟੋ ਪ੍ਰੋਪੀਓ ਦੇ ਲਈ ਦੇਵੇ ਐਸੇ ਰੈ ਟਿਟੂਲਾਰੇ ਦੀ ਕਾਰਤਾ ਦੀ ਕੁਆਲਿਫਿਕੇਸ਼ਨੇਲ ਕੰਡੂਚੈਂਤੇ ਕਨ ਦੇਵੇ ਐਸੇ ਦਤਰਾ ਦੇ ਮਾਲਕ ਹੋਣਾ ਚਾਹੀਦਾ ਬੰਦਾ ਕਾਰਤਾ ਦੀ ਕੁਆਲਿਫਿਕੇਸ਼ਨੇਲ ਕੰਡੂਚੈਂਤੇ ਕਾਰਤਾ ਦੀ ਕੁਆਲਿਫਿਕੇਸ਼ਨੇਲ ਅੰਦੇ ਚੀਕੂਜੀ ਕਹਿੰਦੇ ਚੀਕੂਜੀ ਦਾ ਮਾਲਕ ਹੋਣਾ ਚਾਹੀਦਾ ਬੰਦਾ ਚੀਕੂਜੀ ਦਾ ਮਾਲਕ ਹੋਣਾ ਚਾਹੀਦਾ ਗਲਤ ਕਹਿੰਦੇ ਪੇ ਫਾਲਸ ਹੋਇਆ ਚੀਕੂਜੀ ਦਾ ਮਾਲਕ ਬੰਦਾ ਨਹੀਂ ਹੋਣਾ ਚਾਹੀਦਾ ਕੌਂਟੋ ਪ੍ਰੋਪੀਓ ਲਈ ਕਿਉਂਕਿ ਚੀਕੂਜੀ ਦਾ ਮਾਲਕ ਹੋਣਾ ਚਾਹੀਦਾ ਬੰਦਾ ਕੌਂਟੋ ਤਹਿਰਜੀ ਦੇ ਲਈ ਇਸ ਕਰਕੇ ਫਾਲਸ ਹੋਇਆ La guida di un atto di colore adibita al trasporto di cose, il driver che dice di trasporto con le licenze in conto proprio, conto proprio di coding. Consentita già se è trasporto con conto proprio di coding, consentita ne sono consentito alla dipendente dell'azienda dipendente de della azienda titolare de della licenza che ne titolare della titolare مالک گلیچن زدہ کہ نو نیاز ہے دیپینڈنٹ دیکھو جی کینا کنا نام دسا جی کیڑے کیڑے ٹرانسپورٹ کر سکتے ہیں یعنی کہ ایک نمبر تے کر سکتے ہیں آل دیپینڈنٹ دیپینڈنٹ دے کر سکتے ہیں دوسرے نمبر تے کر سکتے ہیں ਐਸੋਸਿਓ ਸੋਸਿਓ ਯਾਨੀ ਕਿ ਜਿਹੜੇ ਪਾਰਟਨਰਸ਼ਿਪ ਹੈ ਠੀਕ ਹੈ ਜੀ ਤੇ ਤੀਸਰਾ ਨੰਬਰ ਤਾਂ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਤਿਤਲਾਰੇ ਤੇ ਇਸ ਕਰਕੇ 91 ਡਿਪੈਂਡੈਂਟ ਦੇ ਲੈਜੈਂਡਾ ਯਾਨੀ ਕਿ ਡਿਪੈਂਡੈਂਟ ਜਿਹੜੇ ਵਰਕਰ ਨਾ ਉੱਥੇ ਦੇ ਜਿਹੜਾ ਉਹ ਜ਼ਿੰਦੇ ਦਾ ਉਹ ਟ੍ਰਾਂਸਪੋਰਟ ਕਰ ਸਕਦੇ ਜੇ ਦੇ ਟਾਈਟੂਲਰ ਦੇ ਲਿਜੈਂਜ਼ਾ ਜਿਤ ਮਾਲਕ ਹੈ ਲਿਜੈਂਜ਼ਾ ਦਾ ਤੇ ਯਾਨੀ ਕੋਨਤੀਓ ਪ੍ਰੋਪੀਦਾ ਦੂਸਰੇ ਕੰਪੇ ਵੇਰੋਆ ਐਗਨ ਦੇ ਪੇ ਲਗਵੀ ਦਾ ਅਗਵੀ ਲਗਵੀ ਦਾ ਦਿਉਨਾਤੋ ਕੋ ਜੇ ਡਰਾਈਵ ਕਰਦੀ ਗੱਡੀ ਅਦੀਬੀ ਦਾ ਟ੍ਰਾਂਸਪੋਰਟੋ ਦੀ ਕੋਸ ਜੀ ਚੀਜ਼ਾਂ ਟ੍ਰਾਂਸਫਰ ਕਰਨ ਵਾਲੀ ਹੈ ਇਨ ਕੋਨਤੀਓ ਪ੍ਰੋਪੀਓ ਕੋ ਦੋ ਪ੍ਰੋਪਰਟੀ ਅਕੋਰਡਿੰਗ ਕੌਨਸੈਂਤੀਦਾ ਜਾਸਤ ਹੈ ਇੱਥੇ ਤੋਂ ਨਹੀਂ ਸਾਰੇ ਕੁਐਸਚਨ ਸੇਮ ਨੇ ਕੌਨਸੈਂਤੀਦਾ ਤੱਕ ਠੀਕ ਹੈ ਜੀ ਕਿਨੇ ਕੌਨਸੈਂਤੀਦਾ ਐਡ ਊਨਾ ਸੋਸਿਓ ਦਲਾ ਸੋਸੀਆਤਾ ਸੋਸੀਓ ਦਾ ਸੋਸੀਓ ਦਾ ਸੋਸੀਓ ਹੁੰਦਾ ਹੈ ਯਾਨੀ ਕਿ ਇੱਕ ਇੱਕ ਪਾਰਟਨਰ ਜਿਹੜਾ ਸੋਸਾਇਟੀ ਦਾ ਹੈ ਯਾਨੀ ਕਿ ਇੱਕ ਸੋਸਾਇਟੀ ਦੀ ਯਾਨੀ ਕਿ ਦੋ ਪਾਰਟਨਰ ਨੇ ਤਿੰਨ ਪਾਰਟਨਰ ਨੇ ਉਹਨਾਂ ਵਿੱਚੋਂ ਇੱਕ ਪਾਰਟਨਰ ਜਿਹੜਾ ਹੈ ਜਿਹਨਾਂ ਪਰਸੋ ਨੇ ਇੰਤਸਤਾਰੀ ਦਾ ਲਰਜੈਂਦਾ ਇੱਕ ਬੰਦਾ ਹੈ ਸੋਸੀਓ ਦਾ ਯਾਨੀ ਕਿ ਪਾਰਟਨਰਸ਼ਿਪ ਦਾ ਜਿਹਦੇ ਦੇ ਦੇ ਨਾਮ ਤੇ ਲਜੈਂਦਾ ਹੈ ਉਹ ਵੀ ਕੋਨ ਤੋਂ ਪ੍ਰੋਪੀ ਅਕੋਰਡਿੰਗ ਟ੍ਰਾਂਸਪੋਰਟ ਕਰ ਸਕਦਾ ਹੈ ਇਸ ਵਰਗੇ ਇਹ ਵੀ ਦਰਸ ਕਿਨ ਪੇ ਪੈ ਰਹਾ ਕਿਉਂਕਿ ਦੂਸਰਾ ਨੰਬਰ ਤਾਂ ਮੈਂ ਸੋਸੀਓ ਦੱਸਿਆ ਸੀ एक नंबर दें दूसरे नंबर से और तीसरा नंबर चित्र तो लाए अरे कहने पे ये और चिते तो भी हो होचन सा भरो कौन तो भरोपि हो ठीक है जी तो वो कर सकते हैं ट्रांसपोर्ट अगर पे लगवीं तो दिनों को जो ड्राइवर तो गड्डी ਅਦੀਪੀ ਦੇ ਟ੍ਰਾਂਸਪੋਰਟ ਦੀ ਕੋਈ ਚੀਜ਼ ਟ੍ਰਾਂਸਪੋਰਟ ਕਰਮਾਰੀ ਚੀਜ਼ਾਂ ਕੋਨ ਤੋਂ ਪ੍ਰੋਬੀ ਅਕੋਰਡਿੰਗ ਕੋਨਸੈਂਟੀਦੋ ਕੋਨਸੈਂਟੀਦੋ ਗਫਰ ਕੁਐਸਚਨ ਸਾਰੇ ਦਸੇ ਜਿਵੇਂ ਕਿ ਸੇਮ ਨੇ ਕਹਿੰਦੇ ਕੋਨਸੈਂਟੀਦ ਇਜਾਜ਼ਤ ਹੈ ਤੀ ਤੁਲਾਰੇ ਦੀ ਦਲਾ ਲਿਜੈਂਜ਼ਾ ਇਹ ਜਿਹੜਾ ਲਿਜੈਂਜ਼ਾ ਦਾ ਮਾਲਕ ਹੈ ਸੇ ਤਰਾਤਾਸੀ ਦੀ ਇਮਪਰੀਸਾ ਇੰਡੀਵਿਡੂਅਲ ਹੈ ਜੇ ਇਮਪਰੀਸਾ ਇੰਡੀਵਿਡੂਅਲ ਹੈ ਯਾਨੀ ਕਿ ਕੰਪਨੀ ਇੰਡੀਵਿਡੂਅਲ ਹੈ ਯਾਨੀ ਕਿ ਪਾਰਟਨਰਸ਼ਿਪ ਕਹਿ ਸਕਦੇ ਹਾਂ ਕੰਪਨੀ ਵਿੱਚ ਹੈ ਤੇ ਫਿਰ ਜੇ ਜਿਹੜਾ ਟਾਈਟੂਲਰ ਦੀ ਲਿਜੈਂਜ਼ਾ ਹੋਵੇਗਾ ਜਿਹਦਾ ਮਾਲਕ ਹੋਵੇ ਲਿਜੈਂਜ਼ਾ ਉਹ ਟ੍ਰਾਂਸਪ ਕਰ ਸਕਦਾ ਹੈ ਇਸ ਕਰਕੇ ਇਹ ਵੀ ਦਰੂਸ ਕਿਨਵੇਂ ਬਿਹਰ ਹੋਇਆ ਅਗਨੇ ਬੇ ਲਗਭੀ ਦ ਦਿਨਾਂ ਬਿਕੋ ਲੋ ਜੇ ਡਰਾਈਵ ਕਰਦੇ ਗੱਡੀ ਆਦੀ ਵੀ ਦਾਲ ਟ੍ਰਾਂਸਪੋਰਟ ਦੀ ਕੋਸ ਜਿਹੜੀ ਚੀਜ਼ਾਂ ਟ੍ਰਾਂਸਪੋਰਟ ਕਰਨ ਵਾਲੀ ਹੈ ਇਨ ਕੌਨ ਤੋਂ ਪ੍ਰੋਫੀ ਅਕੋਰਡਿੰਗ ਕੌਨ ਸੰਤੀ ਤੋਂ ਇਜਾਜ਼ਤ ਹੈ ਐਦਉਨਾ ਕੋਲੈਬਰੇਟੋਰੇ ਐਸਟਰਨੋ ਡੇਲਾ ਇੰਪਰੀਸਾ ਕਨੇ ਐ ਕੋਲੈਬਰੇਟੋਰੇ ਐਸਟਰਨੋ ਡੇਲਾ ਇੰਪਰੀਸਾ ਐਸਟਰਨ ਯਾਨੀ ਕਿ ਕੰਪਨੀ ਚੋਂ ਬਾਹਰੋਂ ਤੁਸੀਂ ਕੋਈ ਲੈ ਸਕਦੇ ਹੋ ਜੇ ਕੰਪਨੀ ਦੇ ਬਾਹਰੋਂ ਕੋ ਲੋਗੇ ਨਾ ਟ੍ਰਾਂਸਪੋਰਟ ਕਰਨੀ ਚੀਜ਼ਾਂ ਤੇ ਫਿਰ ਉਹ ਕੌਨ ਤੋਂ प्रोपियो नहीं रहेगा वो की हो जाएगा फिर वो कौन तो तैरजी हो जाएगा ठीक है वो चीकू चीज चाहिए हूँ इस करके कहने पे फॉल्स होया ठीक है बे Allora, la guida di una vicolo adibita al trasporto di cose, il drive di ne è credibile, il trasporto con una licenza, fai un cose, di conto proprio, conto proprio, licenza, che viene consentito anche ad una parente, che è già stata parente del titolare della licenza, il titolare, era, licenze da, è un'idea che gira male che le licenze ਕਹਿੰਦੇ ਉਹਦੇ ਰਿਸ਼ਤੇਦਾਰ ਨੂੰ ਜਾਨੀ ਕਿ ਉਹਦਾ ਜਿਹੜਾ ਵੈ ਉਹਦਾ ਕੋਈ ਪਰੈਂਤੇ ਹੋਵੇਗਾ ਰਿਸ਼ਤੇਦਾਰ ਹੋ ਗਿਆ ਤੇ ਉਹ 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 ਵੀ ਕਹਿੰਦੇ ਨੇ ਬੇ ਟ੍ਰਾਂਸਪੋਰਟ ਕਰ ਸਕਦਾ ਹੈ ਗਲਤ ਕਿਨੇ ਫਾਲਸ ਹੋਇਆ ਪਰੈਂਤੇ ਬਾਰੇ ਦੀ ਪਰੈਂਤੇ ਵਗੈਰਾ ਦੀ ਇੱਥੇ ਕੋਈ ਗੁੰਜਾਇਸ਼ ਰਿਸ਼ਤੇਦਾਰ ਦੀ ਕੁਜੀਨੋਂ ਦੀ ਕੋਈ ਗੁੰਜਾਇਸ਼ ਨਹੀਂ ਹੈ ਇਸ ਕਰਕੇ ਗਲਤ ਕਹਿਣ ਕਿ ਫਾਲਸ ਹੋਇਆ ਠੀਕ ਹੈ ਜੀ ਅਗਰ ਮੈ ਲਗਵੀ ਦਾ ਦੀਨਾ ਬਿਕੋਲਾ ਡਿਪੀ ਟੈਲ ਟ੍ਰਾਂਸਪੋਰਟੋ ਦੀ ਕੋਸੇ ਡਰਾਈਵਰ ਨੇ ਗੱਡੀ ਜਿਹੜੀ ਟ੍ਰਾਂਸਪੋਰਟ ਕਰਨੀ ਇਹ ਚੀਜ਼ਾਂ ਆਲੇ ਟ੍ਰਾਂਸਪੋਰਟੋ ਦੀ ਕੋਸੇ ਇਨ ਕੋਂਟੋ ਪ੍ਰੋਪੀਓ ਟ੍ਰਾਂਸਪੋਰਟ ਕਰਨੀ ਕੋਂਟੋ ਪ੍ਰੋਪੀਓ ਅਕੋਰਡਿੰਗ ਚੀਜ਼ਾਂ ਇਹ ਕੋਂਸੈਂਦੀ ਤੋਜਾਸਤ ਹੈ ਇਤੋ ਨਹੀਂ ਸਾਰੇ ਕੁਐਸਚਨਸ ਹੈਮਨੇ ਕਹਨੇ ਜਦ ਟ੍ਰਾਂਸਪੋਰਟ ਕਰਨੀ ਚੀਜ਼ਾਂ ਕੋਂਟੋ ਪ੍ਰੋਪੀਓ ਅਕੋਰਡਿੰਗ ਕੁਆਲਿਸਿਆਸੀ ਪਰਸੋਨਾ ਕਿਨ ਕੋਈ ਵੀ ਬੰਦਾ ਕਿ ਕਿ ਮੈਨਿਊਤੀ ਦੀ ਪਤਨ ਦੇ ਦਿੱਕਤ ਕਰੀਏ ਸੀ ਕਿਉਂਕਿ ਪਤਨ ਦੀ ਕੈਟਾਗਰੀ ਸੀ ਦਾ ਮਾਲਕ ਹੈ ਦੇਖੋ ਜੀ ਕੋਈ ਵੀ ਬੰਦਾ ਨਹੀਂ ਆ ਸਕਦਾ ਇਹ ਵੀ ਇਸ ਕਰਕੇ ਇਹ ਵੀ ਵਿਵਾਦ ਕਿਨ ਪਾਲਸ ਹੋਇਆ ਠੀਕ ਹੈ ਪਤਨ ਦੀ ਕੈਟਾਗਰੀ ਸੀ ਹੋਣਾ ਕਾਫੀ ਨਹੀਂ ਹੈ ਯਹਾਂ ਤੇ ਬੰਦਾ ਹੋਵੇ ਡਿਪੈਂਡੈਂਟ ਦੇ ਉੱਤੇ ਵਰਕਰ ਹੋਵੇ ਸੋਸਾਇਟੀ ਹੋਵੇ ਜਾਂ ਕਿ ਪਾਰਟਨਰਸ਼ਿਪ ਹੋਵੇ ਜਾਂ ਫਿਰ ਮਾਲਕ ਹੋਣਾ ਚਾਹੀਦਾ ਇਸ ਕਰਕੇ ਫਾਲਸੋ ਅਗੇ ਜੀ ਸਰਕੂ ਲੈ ਕੇ ਕਿ ਨੈ ਲਗ ਵੀ ਦਦੀਨਾਤ ਵੀ ਕੋਲ ਆਦੀ ਪੀਟਰ ਟ੍ਰਾਂਸਪੋਰਟ ਦੀ ਕੋਸੀ ਐਨ ਕੋਨਟੋ ਪ੍ਰੋਪਰੀਓ ਜੇ ਜੀ ਕੌਨੋ ਪ੍ਰੋਪਰੀਓ ਡੇਡ ਟ੍ਰਾਂਸਪੋਰਟ ਕਦੇ ਬੀ ਚੀਜ਼ਾਂ ਕੌਨਸੈਂਟੀ ਤੋਂ ਐਕਸਕਲੂਜੀਵਾ ਮੈਂ ਤੇ ਕਹਨੇ ਐਕਸਕਲੂਜੀਵਲੀ ਇਜਾਜ਼ਤ ਹੈਗੀ ਹੈ ਟਿਟੁਲਾਰੇ ਡੇਲਾ ਇੰਪਰੀਸਾ ਕਹਨੇ ਅਲਤੀ ਟਿਟੁਲਾਰੇ ਡੇਲਾ ਇੰਪਰੀਸਾ ਕਹਨੇ ਜਿਹੜਾ ਮਾਲਕ ਹੈ ਟਿਟੁਲਾਰੇ ਡੇਲਾ ਇੰਪਰੀਸਾ ਜਿਹੜਾ ਮਾਲਕ ਹੈ कंपनी का क्या एक्सक्लुसिवली यानी कि एक्सक्लूजिवली तुमराबे तो सिर्फ उन्हों बस उन्होंई या खास तौर पर उन्होंने यानी कि और इजाजत नहीं है भी क्यों नहीं इजाजत है और इजाजत कि इस करके गलत के फालस हो ठीक है जी ते लो जी फिलहाल तो नहीं है ते

ਕਿ ਕਿ ਦੇ علاوہ ਦੇ ਪੈਂਦੇ ਨੇ ਤੇ ਸੋਸ਼ੀਆ ਵਗੈਰਾ ਵੀ ਐਨ ਨੇ ਇਸ ਕਰਕੇ ਫਾਲਸ ਹੋਇਆ ਹਾਂਜੀ ਤੇ ਕੇ ਕਹਿੰਦੇ ਨੇ ਬੇ ਨੋ ਨੋ ਮੈਸੋਨੀ ਜਾਸ ਹੈ ਇਲ ਰਿਲਾਸ਼ਿਓ ਦੀ ਲਿਚੈਂਜ਼ਾ ਪਰ ਟ੍ਰਾਂਸਪੋਰਟੋ ਇਸ਼ੂ ਕਰਨ ਦੀ ਲਿਚੈਂਜ਼ਾ ਜਿਹੜਾ ਟ੍ਰਾਂਸਪੋਰਟ ਕਰਨ ਦੀ ਕੌਜ਼ ਹੈ ਕੋਨਟੋ ਪ੍ਰੋਪ੍ਰੀਟਾਡ ਸੇ ਟ੍ਰਾਂਸਪੋਰਟੋ ਵੈਂਗਾ ਕੋਨ ਵਿਕੋਲੀ ਨੋਲੇਜਿਓ ਵਿਕੋਲ ਨੋਲੇਜਿਓ ਨਹੀਂ ਹੈ ਕਿ ਜਿਹੜੇ ਕੇ ਕਿਰਾਇਆ ਵਗੈਰਾ ਲੈਂਦੇ ਨੇ ਯਾਨੀ ਕਿ ਦੇਖੋ ਜੀ ਕਿ ਜਿਤ ਕਰਾਇ ਲਵੇ ਗਏ ਨੇ ਗੱਡੀ ਤੇ ਫਿਰ ਕੋਣ ਤੋਂ ਪ੍ਰੋਪੀ ਨਹੀਂ ਹੋ ਸਕਦਾ ਨਾ ਠੀਕ ਹੈ ਫਿਰ ਨੋ ਨੋ ਮੈਸੋ ਨਹੀਂ ਜਾ ਸੈ ਰੇ ਲਾਸ਼ੀਓ ਇਸ਼ੂ ਕਰਨ ਦੀ ਲਿਜੈਂਜ਼ਾ ਲਿਜੈਂਜ਼ਾ ਜਿਹੜਾ ਕੋਣ ਤੋਂ ਪ੍ਰੋਪੀ ਹੈ ਠੀਕ ਹੈ ਜੀ ਇਸ ਕਰਕੇ ਵੇਰ ਹੋਇਆ ਕਿਉਂਕਿ ਜਦ ਕਿਉਂਕਿ ਜਿਹੜਾ ਕੋਣ ਤੋਂ ਪ੍ਰੋਪੀ ਦੰਦਾ ਨਾ ਇਹ ਟ੍ਰਾਂਸਪੋਰਟ ਦੇ ਪੈਸੇ ਨਹੀਂ ਹੁੰਦੇ ਐ ਵੀ ਟ੍ਰਾਂਸਪੋਰਟ ਕਰਨ ਦਾ ਕਰਾਇਆ ਨਹੀਂ ਹੁੰਦਾ ਐ ਵੀ ਇਹ ਟ੍ਰਾਂਸਪੋਰਟ ਕਰਨ ਦਾ ਕਰਾਇਆ ਲਵੇਗਾ ਜਿਹੜੀ ਗੱਲ ਫਿਰ ਕੋਣ ਤੋਂ ਤੈਅ ਜੀ ਹੋਵੇਗੀ ਇਸ ਕਰਕੇ ਕੋਣ ਤੋਂ ਪ੍ਰੋਪੀ ਦਾ ਲਿਜੈਂਜ਼ਾ ਨਹੀਂ ਹੋਣ ਲੱਗਾ ਨੋ ਨੋ ਮੈਸੋ ਰਿਲੇਸ਼ਨਲਾ ਲਿਚੰਦਾ ਨਹੀਂ ਜਾਸ ਹੈ ਇਸ਼ੂ ਕਰਨ ਦੀ ਲਿਚੰਦਾ ਜਿਹੜਾ ਹੈ ਇਹ ਪਰ ਟਰਾਂਸਪੋਰਟ ਦੀ ਕੋਡ ਟਰਾਂਸਫਰ ਕਲੀ ਚੇਨਾ ਇਨ ਕੋਂਟੋ ਪਰ ਵੀ ਕੋਂਟੋ ਪਰ ਵੀ ਦੇ ਕੋਡਿੰਗ ਸੇ ਇਵ ਕੋਲੀ ਵੈਂਗਾ ਕੋਂਡੋਤੀ ਦਾ ਪਰਸੋਨੇ ਇਸ ਚੇਰਨਾ ਅਲਾ ਇੰਪ੍ਰੈਸਾ ਜੇ ਗੱਡੀ ਕੋ ਡਰਾਈਵ ਕਰਦਾ ਹੈ ਬਾਹਰੋਂ ਇੰਪ੍ਰੈਸਾ ਕੰਪਨੀ ਦੇ ਜੇ ਕੰਪਨੀ ਤੋਂ ਬਾਹਰੋਂ ਕੋ ਡਰਾਈਵ ਕਰਦਾ ਹੈ ਗੱਡੀ ਤੇ ਫਿਰ ਇਨਕੇ ਜੇਰੀਕੇ ਕੰਪਨੀ ਦਾ ਬੰਦਾ ਨਹੀਂ ਹੈ ਨਾ ਤੋ ਜੀ ਬੰਦੇ ਨੇ ਤੇ ਸਹੀ ਹੈ ਨਾ ਫਿਰ ਸੋਸ਼ੀਓ ਹੈ ਠੀਕ ਹੈ ਦੋ ਦੋ ਸੂਤਾਂ ਦੇ ਦਾ ਉੱਤੇ ਤਲਾ ਰਿਹਾ ਹੈ ਇਹਨਾਂ ਤਿੰਨਾਂ ਵਿੱਚ ਨਹੀਂ ਹੈ ਤੇ ਫਿਰ ਉਸ ਨੂੰ ਹੀ ਪਰਮਿਸ਼ਨ ਨਹੀਂ ਆਉਣ ਲਗੀ ਲਿਚੈਂਜ਼ ਆ ਕੋਨਤੋ ਪ੍ਰੋਪੀਏ ਦਾ ਇਸ਼ੂ ਕਰਨ ਦੀ ਠੀਕ ਹੈ ਇਸ ਕਰਕੇ ਦ੍ਰਿਸ਼ ਕੈਂਪੇ ਵੇ ਰਹਾ ਹੈ ਕਿਨਵੇਂ ਨੋ ਨਵੇਂ ਸੋਨੀ ਜਾਸ ਹੈ ਰਿਲਾਸ਼ਿਓ ਦੀ ਲਿਚੈਂਜ਼ਾ ਪਰ ਟ੍ਰਾਂਸਪੋਰਟ ਦੀ ਕੋਜ਼ੇ ਕੌਨਤੋ ਪ੍ਰੋਪੀਓ ਕਹਿੰਨੇ ਕੌਨਤੋ ਪ੍ਰੋਪੀਓ ਦੇ ਅਕੋਰਡਿੰਗ ਚੀਜ਼ਾਂ ਜਿਹੜੀ ਟ੍ਰਾਂਸਫਰ ਕਰਦੀਆਂ ਨੇ ਇਤਨ ਕਵੈਸਚਨ ਸਾਰੇ ਸੇਮ ਨੇ ਕਹਿੰਨੇ ਉਹਦਾ ਇਹ ਲਿਚੰਦਾ ਜਿਹੜਾ ਹੈ ਕੌਨਤੋ ਪ੍ਰੋਪੀਓ ਵਾਲਾ ਇਸ਼ੂ ਨਹੀਂ ਕੀਤਾ ਜਾਏਗਾ ਸੇਲ ਮਰਚੀ ਸੋਨ ਉਸਤਾ ਤੇ ਟ੍ਰਾਂਸਫਰ ਹਾਤੇ ਜੇ ਸਮਾਨ ਜਿਹੜਾ ਟ੍ਰਾਂਸਫਰ ਕੀਤਾ ਹੈ ਟ੍ਰਾਂਸਫਰ ਹਾਤੇ ਕੀਤਾ ਹੈ ਦੇਲਾ ਇਮਪ੍ਰੈਸਾ ਕੰਪਨੀ ਤਰਫੋਂ ਕੇ ਰਿਕੇ ਦੇਲਾ ਲਿਚੰਦਾ ਜਿਹੜੀ ਕੇ ਰਿਚ ਲਿਚੰਦਾ ਦੰਦੀ ਦੇ ਨਿਤਵੰਦਾ ਕੀਤਾ ਹੁਣ ਜਿਹੜੀ ਕੰਪਨੀ ਟ੍ਰਾਂਸਫਰ ਪ੍ਰੋਡਿਊਸ ਕਰ ਰਹੀ ਹੈ ਸਮਾਨ ਉਹ ਹੀ ਦਮਾਂਦਾ ਕਰ ਰਹੀ ਹੈ ਯਾਨੀ ਕਿ ਇਹ ਫਿਰ ਬਾਰੂਦ ਨਹੀਂ ਕੋਈ ਬੰਦਾ ਲੈ ਰੇ ਬਾਰੂਦ ਚੀਜ਼ ਤਾਂ ਨਹੀਂ ਲੈ ਰੇ ਨਾ ਫਿਰ ਤਾਂ ਇਹਦੇ ਵਿੱਚ ਕੋਈ ਮਸਲਾ ਨਹੀਂ ਹੈ ਵੀ ਫਿਰ ਇਹਦੇ ਵਿੱਚ ਕੋਈ ਪ੍ਰੋਬਲਮ ਹੈ ਹੀ ਨਹੀਂ ਕਿ ਜਦ ਕੰਪਨੀ ਜਿਹੜੀ ਪ੍ਰੋਡਿਊਸ ਕਰ ਰਹੀ ਹੈ ਸਮਾਨ ਉਹੋ ਹੀ ਅੱਗੇ ਦੇਣ ਲਈ ਪ੍ਰੋਡਿਊਸ ਹੋਇਆ ਆਪਣਾ ਸਮਾਨ ਟ੍ਰਾਂਸਫਰ ਕਰਨ ਲਈ ਇਜਾਜ਼ਤ ਮੰਗਦੀ ਹੈ ਕੋਨ ਤੋਂ ਪਰ ਉਹ ਵੀ ਇਹਦੇ ਤੇ ਫਿਰ ਤਾਂ ਕਹਿੰਦੇ ਨੋਨ ਨੋਮਸ ਇਜਾਜ਼ਤ ਨਹੀਂ ਹੈ ਕਿਉਂ ਨਹੀਂ ਜਾਂਦਾ ਫਿਰ ਇਜਾਜ਼ਤ ਹੋਣੀ ਚਾਹੀਦੀ ਨਹੀਂ ਸਰ ਕੇ ਇਹ ਸਵਾਲ ਗਲਤ ਹੋ ਗਿਆ ਫਾਲਸ ਹੋ ਕਹਿੰਦੇ ਨੋਨ ਨੋਮਸ ਰਿਲੇਸ਼ਿਓ ਲਿਚੈਂਸ ਆ ਪਰ ਟ੍ਰਾਂਸਪੋਰਟ ਆ ਦੀ ਗੋਜ਼ ਲਿਚੈਂਸ ਟ੍ਰਾਂਸਪੋਰਟ ਕਰਨ ਲਈ ਚੀਜ਼ਾਂ di cosa è in conto proprio, cosa è in conto proprio di according trasporto Se il trasporto uh, avvenga, il trasporto è con i mesi proprietari impresa cioè i proprietari proprietà, mercato e le compagnie, i proprietari del company di le Non è stato messo il rilascio di licenza per trasporto. ਫਿਰ ਕਿਉਂ ਨਿਜਾਸ ਹੈ ਕਿਉਂਕਿ ਜਦ ਕੰਪਨੀ ਦੀ ਹੈ ਗੱਡੀ ਗੱਡੀ ਵੀ ਕੰਪਨੀ ਦੀ ਹੈ ਠੀਕ ਹੈ ਜੀ ਤੇ ਟ੍ਰਾਂਸਪੋਰਟ ਵੀ ਉਹਨਾਂ ਨੇ ਆਪਣੀ ਚੀਜ਼ ਕਰਦਿ ਕਰਨੀ ਹੈ ਤੇ ਉਹਦੇ ਲਈ ਉਹ ਰਿਲੀਜੈਂਸ ਆ ਪੁੱਛ ਰਹੇ ਨੇ ਕੌਣ ਤੋਂ ਪ੍ਰੋਪੀਆ ਜਦ ਆਪਣੀ ਪ੍ਰੋਡਕਸ਼ਨ ਟ੍ਰਾਂਸਪੋਰਟ ਕਰ ਰਹੇ ਨੇ ਤੇ ਉਹਨਾਂ ਨੂੰ ਫਿਰ ਜਾਸ ਮਿਲਣੀ ਚਾਹੀਦੀ ਇਸ ਕਰਕੇ ਇਹ ਗਲਤ ਕਿੰਨਪੇ ਫਾਲਸ ਹੋਇਆ ਠੀਕ ਹੈ ਅਗੇ ਕੰਦਰ ਬੇ ਅਗਲਾ ਜੀ ਪੇਜ ਹੈ ਅਗੇ ਕੰਦਰ ਵਿਚਾਰ ਨਬ ਕੁਐਸਚਨ ਹੈ ਕਹਿੰਦੇ ਨੇ ਬੇ ਪਰ ਫਿਤਵਾਰਾ ਉਹਨਾ ਟ੍ਰਾਂਸਪੋਰਟੋ ਦੀ ਗੋਜੇ ਕੌਨ ਤੋਂ ਪ੍ਰੋਪੀਓ ਕੌਨ ਤੋਂ ਪ੍ਰੋਪੀਓ ਦੇ ਕਰਨੀ ਟ੍ਰਾਂਸਪੋਰਟ ਲਈ ਚੀਜ਼ਾਂ ਹਨ ਹੋਣਾ ਚਾਹੀਦਾ ਹੈ ਇਹਦੀ ਚੀਜ਼ਾਂ ਇਹਦੇ ਮੁਤਲਕ ਹੋਣੀ ਚਾਹੀਦੀਆਂ ਮੁਤਲਕਾ ਹੋਣੀ ਚਾਹੀਦੀ ਨੇ ਇਨਕਿ ਜਦ ਵੀ ਤੁਸੀਂ ਟ੍ਰਾਂਸਪੋਰਟ ਕਰੋਗੇ ਹੁਣ ਮੇਰਾ ਮੇਰੀ ਕੰਪਨੀ ਕੋ ਪਾਸਾ ਪ੍ਰੋਡਿਊਸ ਕਰ ਰਹੀ ਹੈ ਤਾਂ ਮੈਂ ਕੋਈ ਔਰ ਚੀਜ਼ ਤਨਾਂ ਟ੍ਰਾਂਸਪੋਰਟ ਕਰ ਸਕਦਾ ਫਿਰ ਜੇ ਮੈਂ ਆੜੀਆਂ ਗੋਹਣੀਆਂ ਦੀ ਕੋਈ ਚੀਜ਼ ਟ੍ਰਾਂਸਪੋਰਟ ਕਰਾਂਗਾ ਤਾਂ ਫਿਰ ਕੋਨ ਤ ਤੈਜ਼ੀ ਦੇ ਅਕੋਰਡਿੰਗ ਹੋ ਜਾਏਗਾ ਠੀਕ ਹੈ ਇਸ ਕਰਕੇ ਜਿਹੜੀ ਚੀਜ਼ਾਂ ਨੇ ਕੋਜ਼ੇ ਦੇਵੋ ਟ੍ਰਾਂਸਪੋਰਟ ਦੇਵਨਾ ਹੈ ਵੇਰੇ ਸਟ੍ਰੇਟਾ ਅਤੀਨੇਂਜ਼ਾ ਕੋਨ ਐਕਟੀਵਿਟੀ ਕਨੇ ਐਕਟੀਵਿਟੀਆਂ ਜਿਹੜੀਆਂ ਨੇ ਕੰਪਨੀ ਦੀਆਂ ਉਹਦੇ ਅਕੋਰਡਿੰਗ ਜਾਂ ਉਹਦੇ ਮਤਲਬਾ ਹੋਣੀ ਚਾਹੀਦੀਆਂ ਨੇ ਦਰਸ ਕਰਨੇ ਬਿਵਰੋਇਆ ਕਨੇ ਬਤਰ ਸਪੋਤੋ ਜੀ ਕੋਜ ਕੋਨ ਤੋਂ ਪ੍ਰੋਪੀਓ ਪੋ ਐਫਿਟੂਆਰੇ ਐਫਿਟੂਆਤਾ ਕਨ ਵਿਕੋਲੀ ਪ੍ਰੋਪ੍ਰੀਏਤਾ ਕਨੇ ਜਿਹੜੀ ਗੱਡੀ ਦੀ ਮਲਕੀਅਤ ਹੋਵ ਕਰ ਸਕਦੇ ਆ ਲੀਜ਼ਿੰਗ ਜਾਂ ਫਿਰ ਜਿਹੜੀ ਗੱਡੀ ਆਪਣਾ ਲੀਜ਼ ਤੇ ਲਈ ਹੋਵੇ ਬੈਂਕ ਤੋਂ ਤਰਫੋਂ ਲਈ ਹੋਵੇ ਉਹ ਇਨ ਉਸੋ ਫਰੂਤੋ ਯਾਨੀ ਕਿ ਜਿਹੜੀ ਇਸਤੇਮਾਲ ਵਿੱਚ ਹੋਵੇ ਗੱਡੀ ਉਹ 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 ਇਨਪਾਤੋ ਕੇ ਰਿਜ਼ਰਵਾਤ ਹੋ ਦੋਮੀਨਿਓ ਔਰ ਜਾਂ ਫਿਰ ਜਿਹੜੀ ਰਿਜ਼ਰਵ ਹੋਵੇ ਇਸ ਕੰਮ ਦੇ ਲਈ ਐ ਇੱਕ ਚੀਜ਼ ਦੇ ਲਈ ਇਹ ਚੀਜ਼ਾਂ ਕੋਲੋਂ ਤੁਸੀਂ ਗੱਡੀਆਂ ਕੋਲੋਂ ਯਾਨੀ ਕਿ ਕੰਮ ਤੁਸੀਂ ਲੈ ਸਕਦੇ ਹੋ ਟਰਾਂਸਪੋਰਟ ਕਰ ਸਕਦੇ ਹੋ ਚੀਜ਼ਾਂ ਕੌਨ ਤੋਂ ਪ੍ਰੋਪਰ ਅਕੋਰਡਿੰਗ ਇਸ ਕਰਕੇ ਇਹ ਵੀ ਦਰਸ ਕਰਨ ਪੇ ਵੇਅਰ ਹੋਇਆ